ਆਪਾਂ ਜੀ ਕੁਛ ਟਾਈਮ ਲਈ ਰੁਕੇ ਸੀਗੇ ਹੋਟਲ ਦੇ ਵਿੱਚ 2-3 ਘੰਟਿਆਂ ਦੇ ਲਈ ਕਿਉਂਕਿ ਆਪਾਂ 6:30 ਵਜੇ ਪਹੁੰਚੇ ਸੀਗੇ ਜੰਮੂ ਦੇ ਲਾਗੇ ਤਾਗੇ 20-30 ਕਿਲੋਮੀਟਰ ਪਿੱਛੇ ਆਪਾਂ ਅਪਰੋਕਸੀਮੇਟ ਅਤੇ 30-40 ਹੋਵਾਂਗੇ ਇੱਥੇ ਹੋਟਲ 'ਚ ਰਹੇ ਸੀ ਆਹ ਬਾਈ ਨੇ ਨਾ ਬਾਈ ਬਹੁਤ ਵਧੀਆ ਬੰਦਾ ਹੈਗਾ ਇਹ ਕੀ ਹਾਲ ਨੇ ਬਾਈ ਤੇਰੇ ਹੋਟਲ ਦਾ ਨਾਮ ਕੀ ਹੈ ਦੱਸ ਦੇ ਸਾਰੇ ਲੋਕ ਆਇਆ ਕਰਨਗੇ ਆਪਾਂ ਨੈੱਟ 'ਤੇ ਪਾਵਾਂਗੇ ਵੀਡੀਓ ਹੈਂ ਓਮ ਹੋਟਲ ਆ ਵੀਰੇ ਓਮ ਹੋਟਲ ਇੱਥੇ ਜ਼ਰੂਰ ਆਇਓ ਵਧੀਆ ਬੰਦੇ ਆ ਗਏ ਅਤੇ ਰੇਟ ਵੀ ਬਹੁਤ ਘੱਟ ਆ ਕਿੱਥੇ ਵੱਜਦਾ ਇਹ ਆਪਣਾ ਸਾਂਬ ਸਾਂਬ ਹੈਂ ਡਿਸਟ੍ਰਿਕਟ ਸਾਂਬਾ ਦੇ ਵਿੱਚ ਆ ਮੇਨ ਰੋਡ ਦੇ ਉੱਤੇ ਹੀ ਚੱਲ ਠੀਕ ਆ ਬਾਈ ਓਕੇ ਵਧੀਆ ਸੀਗਾ ਤੇਰਾ ਸਿਸਟਮ ਹੁਣ ਆਪਾਂ ਦੇਖਦੇ ਹਾਂ ਬਾਹਰ ਜਾ ਕੇ ਕਰਦੇ ਹਾਂ ਗੱਲ ਤੁਹਾਡੇ ਨਾਲ ਲਓ ਜੀ ਰੋਡ ਤੋਂ ਲੱਗਿਆ ਤਾਰਨ ਆਪਾਂ ਹੋਟਲ ਦੇ ਵਿੱਚੋਂ ਬਾਹਰ ਅਤੇ ਆਹ ਹੋਟਲ ਦੀ ਬਿਲਡਿੰਗ ਆ ਆਪਣੇ ਦੀ ਹਜੇ ਸ਼ਟਰ ਜੇ ਇਹਨਾਂ ਨੇ ਹੁਣ ਖੋਲ੍ਹੇ ਆ ਗਏ ਨਾਲ ਬੈਂਕ ਆ ਸਾਂਬ ਦੇ ਵਿੱਚ ਅਤੇ ਆਹ ਬਾਈ ਫੌਜੀ ਆ ਗਿਆ ਗੱਡੀ ਚੜਾਉਣੀ ਇੱਥੇ ਬੜੀ ਔਖੀ ਕਿਉਂ ਸੀ ਰਾਤ ਗੱਡੀ ਚੜਾਉਣ ਬਹੁਤ ਔਖੇ ਹੋਏ ਨਾ ਹਾਂ ਵਿਕੇ ਕੀ ਬਣ ਰਿਹਾ ਹਾਂ ਸਵੇਰ ਦੀ ਪਹਿਲੀ ਕਰਨ ਵਾਲ ਬਾਈ ਸੰਦੀਪ ਅਮਨ ਵੀਰਾ ਅਤੇ ਸਨੀ ਬਖਸ਼ੀਵਾਲ ਅਤੇ ਬਗਲੋਲ ਉਹ ਬਗਲੋਲ ਪਿੱਛੇ ਕਿੱਧਰ ਦੇਖ ਰਿਹਾ ਆਪਾਂ ਪਹੁੰਚ ਗਏ ਸਾਂਬ ਸਾਂਬ ਦੇ ਵਿੱਚ 2-3 ਘੰਟੇ ਸੌਣ ਤੋਂ ਬਾਅਦ ਹੁਣ ਚੱਲੇ ਹਾਂ ਆਪਾਂ ਜੰਮੂ ਨੂੰ ਕਿੰਨੇ ਕਿਲੋਮੀਟਰ ਹੋਣਾ ਜੀ ਆਪਣੇ ਤੋਂ 40 ਕਿਲੋਮੀਟਰ ਹੈਗਾ ਇਹ ਦੰਦ ਕਿਵੇਂ ਕੱਢ ਰਿਹਾ ਗੱਡੀ ਮਾੜੇ ਜੇ ਪੁਲ ਬਣ ਰਿਹਾ ਆਵਾ ਆਇਓ ਮਾੜਾ ਸੋ ਸਮਝ ਕੇ ਜਾਮ ਜੂਮ ਮਿਲ ਜਾਂਦਾ ਅਕਸਰ ਹੀ ਇੱਥੇ ਆ ਦੇਖ ਮੈਂ ਕਹਿੰਦਾ ਟ੍ਰੂ ਲਵ ਸਟੋਰੀ ਦਿਖਾ ਰਿਹਾ ਸਾਡਾ ਚਟੀਰੀਓ ਬਾਈ ਤੋਂ ਕਰਾ ਰਹੇ ਹਾਂ ਮੋਬਾਈਲ ਨੰਬਰ ਐਕਟਿਵ ਸਿਮ ਪਾ ਰਹੇ ਹਾਂ ਵਿੱਚ ਪੈ ਗਿਆ ਸਿਮ ਵਿੱਚ ਇੱਥੇ ਏਅਰਟੈਲ ਦਾ ਨੰਬਰ ਚੱਲਦਾ ਹੋਰ ਕੋਈ ਪੰਜਾਬ ਪੰਜਾਬ ਵਾਲਾ ਕੋਈ ਨੰਬਰ ਨਹੀਂ ਚੱਲਦਾ ਕਿਉਂ ਸੁਣੀ ਜੰਮੂ ਤੋਂ ਆਪਾਂ ਥੋੜ੍ਹਾ ਜਾ ਕੇ ਜਾਂਦੇ ਹਾਂ ਫਿਰ ਪਹਾੜਾਂ ਦੀ ਹੋ ਜਾਂਦੀ ਹੈ ਸ਼ੁਰੂਆਤ ਬੋਰਡ ਸਾਡੀ ਸਮਝ 'ਚ ਨਹੀਂ ਆਇਆ ਉਰਦੂ ਵਾਲੇ ਸੀ ਕਿਉਂ ਬਾਈ ਮੌਸਮ ਤਕਰੀਬਨ ਹਜੇ ਤੱਕ ਤਾਂ ਪੰਜਾਬ ਵਾਲਾ ਹੀ ਆ ਅੱਗੇ ਹਾਂਜੀ ਸੰਦੀਪ ਜੀ ਹਾਂਜੀ ਬਗਲੋਲ ਬਗਲੋਲ ਤਾਂ ਇਕੱਲਾ ਹੱਥ ਹੀ ਮਾਰ ਰਿਹਾ ਹੈਗਾ ਇਧਰਲੇ ਸਾਈਡ ਸਿਸਟਮ ਬਾਈ ਚੱਲ ਰਹੀ ਆ ਹਜੇ ਜੇ ਸੀ ਵੀ ਇੰਨੀ ਸਪੀਡ ਤੇ ਫੈਂਟੀ ਹੋਈ ਹੈਗੀ ਮਨ ਕਰੇ ਉਹਨਾਂ ਪਲਟ ਜੇ ਵੈਸੇ ਜਿਹਨੂੰ ਆਦਤ ਪੈ ਜਾਂਦੀ ਨਾ ਪਹਾੜਾਂ ਤੇਜ਼ ਚਲਾਉਣ ਦੀ ਉਹਨਾਂ ਹੱਥ ਉਹਦੀ ਟਿਕ ਜਾਂਦਾ ਰੋਡ ਵਧੀਆ ਬਣਿਆ ਹੋਇਆ ਨੇ ਰੋਡ ਰਾਡ ਦੇ ਵਿੱਚ ਕੋਈ ਦਿੱਕਤ ਨਹੀਂ ਹਜੇ ਤੱਕ ਤਾਂ ਜੰਮੂ ਤੱਕ ਤਾਂ ਅੱਗੇ ਦੇਖਦੇ ਹਾਂ ਕੀ ਸਿਸਟਮ ਆ ਤੁਸੀਂ ਕਰੋ ਗਾਣੇ ਇੰਜੋਏ ਉਹਨਾਂ ਟਾਈਮ ਜੀ ਮਾਲ ਆ ਗਿਆ ਆਪਣਾ ਕਹਿੰਦੇ ਤਾਜ਼ਾ ਤਾਜ਼ਾ ਸਨੀ ਕੀ ਕੁਛ ਮੰਗਾਇਆ ਬਈ ਹਾਂ ਦਾਲ ਮੱਖਣੀ ਮੰਗਾਈ ਆ ਹਾਂ ਠੀਕ ਆ ਮਸ਼ਰੂਮ ਮੰਗਾਏ ਆ ਮਸ਼ਰੂਮ ਮੰਗਾਏ ਆ
ਪਨੀਰਪੁਰ ਜਿੰਮ ਗਈ ਆ। ਹਾਂ ਤੇ ਨਾਲ ਪਲੇਨ ਕਾਰਡਨ ਗਿਆ। ਅੱਛਾ ਦਹੀਂ ਵੀ ਹੋ ਗਈ, ਪੈਪਸੀ ਪਹਿਲਾਂ ਹੀ ਆ ਚੁੱਕੀ ਸੀ। ਪੈਪਸੀ ਪਹਿਲੇ ਆ ਚੁੱਕੀ ਆ, ਪੈਪਸੀ ਕਹੋਗੇ ਤੇ ਤਾਂ ਬੰਦੇ ਸ਼ਲਾਰੂ ਪੱਕੇ ਨੇਗੇ। ਅੱਛਾ ਬਟਰ ਰੋਟੀ ਹੈਗੀ, ਚਲੋ ਫਿਰ ਖਾਈਏ ਖਾਣਾ ਆਪਾਂ। ਹਾਂ ਸ਼ੁਰੂ ਕਰੀਏ ਆਪਾਂ, ਚਲੋ ਮਹਾਰਾਜ ਹਾਂਜੀ ਸ਼ੁਰੂ ਕਰੋ, ਕਰੀਏ ਸ਼ੁਰੂ ਫਿਰ ਕਰੀਏ ਸ਼ੁਰੂ। ਮਾਲ ਹੋਰ ਲਿਆ ਬਾਈ, 5 ਮਿੰਟ ਰੁਕ ਕੇ ਲਿਆਉਂਦਾ ਬਾਈ ਕਿ ਨਹੀਂ, ਚਲੋ ਫਿਰ ਟੇਬਲ ਬਹੁਤ ਉੱਚਾ ਨਾ, ਟੇਬਲ ਕਰਕੇ ਪ੍ਰੋਬਲਮ ਆ ਰਹੀ ਆ। ਵੈਸੇ ਬਣਿਆ ਤਾਂ ਸਵਾਦ ਆ, ਵਧੀਆ ਬਣਿਆ ਮਾਲ ਤਾਂ, ਚੱਕਦੇ ਚੱਕਦੇ ਫਟੇ। ਦਹੀਂ ਪਾਉਣ ਨੂੰ ਮਿਲਿਆ ਦੇ ਵੀਰੇ ਕੌਲੀਆਂ ਯਾਰ ਆ ਗਈਆਂ, ਹੋਰ ਮੰਗਾਉਣੀਆਂ? ਓਕੇ ਓਕੇ, ਚਲੋ ਜੀ ਰੰਗ ਤੋਂ ਤਾਂ ਵਧੀਆ ਲੱਗ ਰਹੀ ਆ ਬਾਈ। ਸਣੀ ਹੋ ਗਿਆ ਖਾਣਾ, ਖਾਣਾ ਹੋ ਗਿਆ ਸਣੀ, ਖਾਣਾ ਹੋ ਗਿਆ, ਕਿਵੇਂ ਸੀਗਾ? ਵਧੀਆ ਸੀ ਹਾਂਜੀ ਸੰਦੀਪ ਜੀ, ਵਧੀਆ ਸੀ ਕੰਮ ਪੂਰਾ ਵਧੀਆ, ਬਗਲੋਲ ਹਾਂਜੀ ਸੋ ਸੋ ਸੀਗਾ, ਵਧੀਆ ਨਹੀਂ ਸੀਗਾ ਨਾ। ਵੈਸੇ ਅਸਲੀ ਕਹਾਣੀ ਇਹ ਆ, ਮੈਨੂੰ ਵੀ ਸੋ ਸੋ ਹੀ ਲੱਗਿਆ, ਜ਼ਿਆਦਾ ਵਧੀਆ ਨਹੀਂ ਲੱਗਿਆ। ਦੇਖਦੇ ਹਾਂ ਅੱਗੇ ਜਾ ਕੇ, ਬੈਲਟਵੇ ਵਾਲੇ ਮਸ਼ਹੂਰ ਤਾਂ ਬੜੇ ਸੀਗੇ, ਰਿਵਿਊ ਰਿਵਾ ਵਧੀਆ ਦਿੱਤੇ ਹੋਏ ਗੂਗਲ ਦੇ ਉੱਤੇ, ਅੱਗੇ ਜਾ ਕੇ ਦੇਖਦੇ ਹਾਂ ਬਾਕੀ ਕੀ ਸਿਸਟਮ ਆ, ਮਿਲਦੇ ਹਾਂ ਫਿਰ। ਪੱਥਰਾਂ ਵਾਲੇ ਪਹਾੜ ਸ਼ੁਰੂ ਹੋ ਗਿਆ ਨਾ, ਪੱਥਰ ਬਹੁਤ ਜ਼ਿਆਦਾ ਨੇ ਇੱਥੇ। ਇੱਕ ਵਾਰੀ ਫਿਰ ਫੁੱਲ ਕਰਾ ਲਈਏ, 90 ਰੁਪਏ ਉਹਦੇ। ਹਾਂ ਟੈਂਕੀ ਆਪਣੀ ਕਿੰਨੀ ਪਈ ਹਜੇ? ਅੱਧੀ ਪਈ ਆ, ਹਜੇ ਅੱਧੀ ਟੈਂਕੀ ਪਈ ਆ, ਫੁੱਲ ਕਰਦੇ ਬਾਈ। ਕੀ ਹਾਲ ਨੇ ਬਾਈ? ਠੀਕ ਹੈ, ਵਧੀਆ। ਇੱਥੇ ਤੇਲ ਸਸਤਾ ਕਹਿੰਦੇ ਹੈ ਉੱਪਰ ਨਾਲੋਂ, ਕਿੰਨਾ ਕੁ ਫਰਕ ਆ ਬਾਈ ਉੱਪਰ ਨਾਲੋਂ? ਅੱਛਾ 4 ਰੁਪਏ ਦਾ, ਅਤੇ ਹੈਗਾ 90 ਰੁਪਏ 58 ਪੈਸੇ ਕਰਦੇ ਫੁੱਲ ਬਾਈ। ਸਣੀ ਅੱਜ ਕਹਿੰਦਾ ਐਨਕ ਤਾਰਨੀ ਆਣੀ ਹੈ, ਕਿਹੜੀ ਥਾਂ 'ਤੇ ਬਾਈ ਪੰਪ ਇਹ? ਉਧਮਪੁਰ ਦੇ ਵਿੱਚ ਆ, ਉਧਮਪੁਰ ਪਹੁੰਚ ਗਏ ਬਾਈ ਆਪਾਂ ਬਾਈ, ਮਸ਼ਹੂਰੀ ਕਰਨੀ ਪੰਪ ਦੀ ਕਰਦੇ, ਵੀਡੀਓ ਦੇ ਵਿੱਚ ਹੀ ਆ ਰਿਹਾ, ਕੋਈ ਗੱਲ ਨਹੀਂ, ਕੁਛ ਨੂੰ ਚੋਰੀ ਨਾਲ ਗੱਲਾਂ ਨਹੀਂ ਕਰ। ਮਾੜਾ ਜਿਹਾ ਕਹਿੰਦਾ ਠੇਕੇ ਦੇ, ਠੇਕਾ ਪੁੱਛ ਰਹੇ ਨੇ, ਠੇਕਾ ਕਿੱਥੇ ਹੈ? ਕੀ ਪੁੱਛਦੇ ਇਹ? ਠੇਕੇ ਬਾਰੇ ਜਾਣਕਾਰੀ ਲੈ ਰਹੇ ਨੇ, ਠੇਕਾ ਕਿੱਥੇ ਹੈ? ਠੇਕਾ ਵੀ ਕਈ ਤਰੀਕੇ ਦਾ ਹੁੰਦਾ, ਕਿਹੜੇ ਠੇਕੇ ਦੀ ਗੱਲ ਕਰਦੇ? ਲਿਕੁਅਰ ਸਟੋਰ, ਲਿਕੁਅਡ ਸਟੋਰ ਦੀ ਗੱਲ ਕਰਦੇ ਨੇ ਇਹ। ਮਾੜਾ ਚੁੱਪ ਕੇ ਇਹ 'ਚ ਬੋਲਦੇ ਪੁੱਛ ਰਿਹਾ, ਨਹੀਂ ਬੋਲ ਹੁਣ, ਠੇਕਾ ਹੋ ਜਾਣਾ ਠੇਕਾ, ਕਹਿੰਦਾ ਉਧਮਪੁਰ ਜਾ ਕੇ ਥੋੜ੍ਹਾ ਅੰਦਰ ਜਾਣਾ। ਚਲੋ ਜੀ, ਲੋਕੇਸ਼ਨ ਬੜੀ ਵਧੀਆ, ਇੱਥੇ ਸਿਸਟਮ ਠੀਕ ਹੀ ਹੈਗਾ, ਅਤੇ ਅਸੀਂ ਕਿਹਾ ਚੱਲ ਟੈਂਕੀ ਹੋਰ ਫੁੱਲ ਕਰਾ ਲਈਏ, 4-5 ਰੁਪਏ ਦਾ ਫਰਕ ਆ ਤੇਲ ਦਾ, ਤਾਂ ਕਰਕੇ ਅੱਧੀ ਟੈਂਕੀ ਪਈ ਸੀ। ਪਰ ਚੱਕ ਦਾ ਕੰਮ ਆ, ਆਪਣਾ ਗੱਡੀ ਨੰਬਰ ਆ, ਕਰ ਲਓ ਨੋਟ, ਜੇ ਕਿਤੇ ਮਿਲ ਗਈ ਤਾਂ ਘੇਰ ਘੂਰ ਲਿਓ, ਮਾਰ ਲਿਓ ਹੱਥ। ਬੰਦੇ ਹੋ ਰਹੇ ਨੇ ਆਪਣੇ, ਅੱਜ ਹੀ ਪਹੁੰਚਣਾ ਹੈ। ਮੌਸਮ ਦਾ ਫਰਕ ਹੋਰ, ਗਰਮੀ ਘੱਟ ਹੈ, ਗਰਮੀ ਘੱਟ ਕਿਵੇਂ ਹੋਰ? ਗਰਮੀ ਘੱਟ ਹੈ, ਗਰਮੀ ਘੱਟ ਆ। ਹਾਂ ਸਾਂਬਾ ਜੰਮੂ ਗਰਮੀ ਬਹੁਤ ਜ਼ਿਆਦਾ, ਸਾਂਬਾ ਦੇ ਗਰਮੀ ਜ਼ਿਆਦਾ ਨੇ। ਹਾਂ ਅੱਗੇ ਅੱਗੇ ਟੈਂਪਰੇਚਰ ਘੱਟਦਾ ਜਾਣਾ, ਟੈਂਪਰੇਚਰ ਘੱਟ ਜਾਓਗੇ ਲਾ ਕੇ ਪਾ ਦਿਓ ਨੱਕੋ ਨੱਕ।
रात वांगू फिर रात वांगू जी रात वांगू देख सनी लग्या पया ला दे सनी नको नक करनी है नको नक हुण त नहीं पौना टूटी वाले च टूटी और बिल्कुल नहीं पौना होना क्यों रात कहंदे पैकेटां नाल तेल पूरा करया गड्डी दे विच पंजाब च तां काल पै गया तेल दा पटियाले तो चले पटियाले तो टैंकी फुल आ नंजा लीटर तेल बस देख दे पटियाले तो लैके उधमपुर तक गड्डी अपनी किन्ना कर गई हां भाई होर पौना ਹੈਂ ਦੇਖਦੇ ਹਾਂ ਕਰਕੇ ਪੂਰਾ 2400 ਦਾ ਕਰਾ ਲੈ ਹਦੀਪ ਭਾਈ ਕਹਿੰਦਾ ਪਾਣੀ ਸ਼ੀਲਡ ਭਰਨਾ ਹੈ ਸ਼ੀਲਡ ਵਾਟਰ ਅੰਦਰ ਬੈਠਾ ਇੱਕ ਬੰਦਾ ਨੂੰ ਪੁੱਛ ਲੈ ਮੜਾ ਕਿੱਦਾਂ ਠੀਕ ਆ ਕਿਹਦਾ ਅੰਦਰ ਬਗਲੋਲ ਐਨਕਾ ਲਾ ਕੇ ਦੇਖ ਕਿਵੇਂ ਬਣਿਆ ਬੈਠਾ ਹਾਂ ਬਗਲੋਲ ਹਾਂ ਉਂਗਲਾਂ ਉਹਦੀ ਚੱਕ ਦਿੰਦਾ ਪੱਟੂ ਹੋ ਗਿਆ ਫੁੱਲ ਨੱਕੋ ਨੱਕ लो जी 26 लीटर तेल पै गया किन्ना हुण अपना हो गया 23 लीटर तेल खादा ने इत्थों तक 23 लीटर तेल अपना 59 लीटर पैसे रात 26 खा गई हैं 26 दिना 52 हुंदा 26 लीटर तेल खादा ने ठीक खा गई ठीक खादा फिर तो ठीक है चलो तेल तो अपनी गड्डी ठीक ही खा रही है जायज खादा है चलो चलते हैं फिर अगे चलो जी बैठो गड्डी दे विच चलिए फिर आप है कहना तो दस दे कुछ कहते क्या साढ़े पंप तेल पवा के जाया करो संघ लगती है चल कोई गल नहीं फिर मुंडे ने पीनी सी कहते घुट के लाने सी इन स्पैशल दवाने वास्ते आए आपके थाने आए हैं हाँ शिशोनी है शिशोनी दे कहते एक बार आ लग्या होया इत्थे इत्थे ही मिलती है कहते लाल परी कहते जिन्हों आप देखियो ध्यान नाल होर नहीं मिलती कितने तो चलते हैं आप देखते हैं की सिस्टम हैगा थले जाके नहीं बाहर बार का लग्या हुआ बोर्ड सारे पहाड़ ना इत्थे मिट्टी वाले शुरू हो गए कच्चे पहाड़ ने गे जो आप एंटर करेंगे ये पहाड़ों के ब्लास्ट करके इन्हों रास्ता ना जरा चौड़ा किया जा रहा है तो हजे रास्ता थोड़ा जहा खराब हैगा जिन्हें भी अपनी वीडियो देख के आना थोड़ा ध्यान ना आयो जाम बहुत मिलेगा थोड़ा ट्रक वाले बहुत हैरान करे कुछ ज़्यादा ही जाम मिलेगा तुहानू चलो देखते हैं बाकी आप चलते हैं अगे अगे तो बार कहते पौड़ियाँ जी उतर के है भी पता नहीं हैगी भी पता है नहीं देखते हैगी आ गई बार हाँ जी लभ गई बार लभ गई बार की हाल है भाई ठीक है ਵਧੀਆ ਸਾਡੇ ਮੁੰਡੇ ਨੂੰ ਕਰਦੇ ਖੁਸ਼ ਅੱਜ ਕਹਿੰਦਾ ਪੈਗ ਲਾਉਣਾ ਹਾਂ ਵੀ ਪਗਲੋਲ ਮਾਸਟਰ ਕਿਹੜੀ ਪੀਏਗਾ ਲੈ ਲਓ ਫਿਰ ਹਾਂ ਲੈ ਲਓ ਫਿਰ ਦੇਖ ਕਿਵੇਂ ਖੁਸ਼ ਹੋ ਰਿਹਾ ਲੱਭ ਗਈ ਲਾਲ ਪਰੀ ਇਹ ਤੁਸੀਂ ਸਲਾਹਾਂ ਕਰੋ ਆਪਾਂ ਵੀਡੀਓ ਬਾਅਦ 'ਚ ਬਣਾਵਾਂਗੇ ਹੈਂ ਚੱਕੋ ਜੀ ਕਿਹੜੀ ਲੈ ਲਈ ਫਿਰ ਹੈਂ देसी मिली है क्या दूजिया रेट बड़े हाई ने चंगा भाई धन्यवाद ओके थान का नाम दस दे बड़े शराबी होने तेरे को समरौली समरौली है ते अपना समरौली के नेड़े की पाया चनैनी चनैनी समरौली के नेड़े चनैनी है भाई उतों तुम आके
रंगारंग प्रोग्राम है जो कर भाई यार कहना दमाता माल आप हूँ चलते हैं फिर अगे है चिल तो करते हैं अपना की कहते ने कोक आग भी ला लो अपने लिए भाई कोक आग तो ला लो यार कोक लेज कुछ खाने पीन है असि तो भाई कोक वाले हाँ कोक पी के गुजारा कर लांगे क्यों हाँ जी राणी सुंदरा अपनी खड़ी है चलो जी बस इन्नी प्रपोज नहीं करनी ट्रक बड़े ओवरलोड हो गए आने इतने जनता ने बड़ा कम चक्या है बैठी है आप भी गड्डी दे विच हाँ जी संदीप जी ਹੁਣ ਬੰਦਾ ਠੀਕ ਆ ਆਪਣਾ ਖੁਸ਼ ਆ ਖੁਸ਼ ਆ ਬੰਦੇ ਦੇ ਬਰਥਡੇ ਯਾਦ ਆ ਗਿਆ ਹੁਣ ਬੰਦੇ ਦੇ ਬਰਥਡੇ ਯਾਦ ਆ ਗਿਆ ਹਾਂ ਬਰਥਡੇ ਯਾਦ ਆ ਗਿਆ ਬੰਦੇ ਦੇ ਹਣੀ ਤੂੰ ਖੁਸ਼ ਆ ਮੈਂ ਤਾਂ ਖੁਸ਼ੀ ਆ ਮੇਰੀ ਸੀਟ ਤੇ ਲੈ ਰੱਖੇ ਬੋਤਲ ਇਹ ਹਾਂ ਚਲੋ ਆਪਾਂ ਅੱਗੇ ਦੇਖਦੇ ਆ ਅੱਗੇ ਕੀ ਕੁਛ ਹੈਗਾ ਜਦ ਪਿੱਛੇ ਬੜਾ ਦੇ ਉਹਨਾਂ ਨੂੰ ਬੈਗ ਵਜੇ ਥੱਲੇ ਰੱਖ ਦਣਗੇ ਚਲੋ ਚਲੋ ਬੜੇ ਹਾਰਨਬਾਜੀ ਮਾਰ ਰਹੇ ਨੇ ਲੁਧਿਆਣੇ ਵਾਲੇ ਬੀਬੀ 10 HN8507 ਲੋਕ ਹੀ ਬਦਲ ਗਏ ਨਾ ਉਹਰੇ ਦਾ ਆਪਾਂ ਇੱਕ ਟਨਲ ਕੋਲੇ ਪਹੁੰਚ ਗਏ ਆ ਟਨਲ ਦਾ ਨਾਮ ਕੀ ਹੈਗਾ ਜੀ ਕਿਹੜਾ ਹੈਗਾ ਇਹਦਾ ਮੂਨਕਰ ਜੀ ਸ਼ਾਮ ਮੂਨਕਰ ਆ ਟਨਲ ਆ ਗਈ ਜੀ ਆਪਣੀ ਟਨਲ ਦੇ ਵਿੱਚ ਆਪਾਂ ਕਰਨ ਲੱਗੇ ਆ ਇਹ YouTube ਤੇ ਦੇਖੀ ਆਪਾਂ ਤੁਸੀਂ ਕਰੋ ਗਾਣਾ ਇੰਜੋਏ ਤੇ ਨਾਲੇ ਦੇਖੋ ਟਨਲ ਬਾਹਰ ਨਿਕਲ ਕੇ ਫਿਰ ਕਰਦੇ ਕੰਟੀਨਿਊ ਬੜੀ ਲੰਮੀ ਟਨਲ ਸੀਗੀ ਕਿੰਨੇ ਕਿੰਨੇ ਕਿਲੋਮੀਟਰ ਹੋ ਗਈ ਅਪਰੋਕਸੀਮੇਟਲੀ 12 ਕਿਲੋਮੀਟਰ ਦੀ 12 ਕਿਲੋਮੀਟਰ ਦੀ ਟਨਲ ਤੋਂ ਬਾਅਦ ਫਿਰ ਆਪਾਂ ਬਾਹਰ ਨਿਕਲੇ ਹੁਣ ਦੁਪਹਿਰ ਸੀ ਸ਼ਾਮ ਹੋ ਗਈ ਲੱਗੇ ਸ਼ਾਮ ਨੂੰ ਅੰਦਰ ਆਏ ਆਪਾਂ ਹਾਂਜੀ ਸੰਦੀਪ ਜੀ ਹਾਂਜੀ ਮੱਥੇ ਦੇ ਹੱਥ ਮਾਰ ਰਹੇ ਹੋ हाँ भाई गाड़ी चला रहे हैं टोल बड़े आए पर टोल अपना एक मिनट गह बड़ा लग जाए गल सुन के मतलब एक हो रहा क्या टोल नहीं ना ओवर हाइट टर्न एंड टनल का भी लिखे आ गया कि इतने जी टनल एंड हो जाती है जम्मू एंड कश्मीर गाइड दे रहे हैं आप सारा ਉਧਰ ਸਾਈਡ ਤੇ ਲੱਗਿਆ ਹੋਇਆ ਬੋਰਡ ਹਾਂਜੀ ਕਿੱਥੇ ਪਹੁੰਚ ਗਏ ਪਤਨੀ ਟੌਪ ਪਤਨੀ ਟੌਪ ਹੈ ਯੂ ਦੇਖ ਬ్రో ਤੇਲਾ ਜੀ ਮਹਾਰਾਜ ਕਿੱਥੇ ਪਹੁੰਚ ਗਏ ਨਹਿਰ ਦੇ ਕੰਡੇ ਨਹਿਰ ਦੇ ਕੰਡੇ ਆ ਦੇਖ ਇੱਕ ਅੰਗਰੇਜ਼ ਇਹਨੇ ਮੁੰਡਾ ਵੀ ਅੰਗਰੇਜ਼ ਤੇ ਨਾਂ ਵੀ ਅੰਗਰੇਜ਼ਾਂ ਰਕਦਾ ਉੱਤੇ ਵਾਲਾ ਵਿਊ ਦੇਖ ਬ్రో ਉੱਤੇ ਵਾਲਾ ਕਿਹੜਾ ਹਾਂ ਉੱਤੇ ਵਾਲਾ ਵਿਊ ਵੀ ਬੜਾ ਵਧੀਆ ਦੇਖ ਘੈਂਟ ਆ ਨਜ਼ਾਰਾ ਫੁੱਲ ਯਾਮ ਲੱਗਿਆ ਹੋਇਆ ਕਹਿੰਦੇ ਨਦੀ ਕਿਨਾਰੇ 10 ਮਿੰਟ ਇੰਜੋਏ ਕਰ ਲਈਏ ਬੜਾ ਵਧੀਆ ਸਿਸਟਮ ਆ ਇਧਰ ਕਿਵੇਂ ਛਨ ਛਨ ਕਰਦਾ ਪਾਣੀ ਛਨ ਛਨ ਕਰ ਰਿਹਾ ਹੈਗਾ ਇਹ ਉਹ ਕਰਕੇ ਚਲੋ ਬ్రో ਮੈਨੂੰ ਲੱਗਦਾ ਜਾਮ ਖੁੱਲ ਦੇਖਦੇ ਆਂਗੇ ਜਾਮ ਖੁੱਲ ਗਿਆ ਮੈਨੂੰ ਲੱਗਦਾ ਗੱਡੀਆਂ ਜੇ ਚੱਲਣ ਲੱਗੀਆਂ ਨੇ ਫਿਰ ਦੇਖਦੇ ਆਂ ਅੱਗੇ ਜਾ ਕੇ ਜਿਵੇਂ ਵੀ ਹੁੰਦਾ ਫਿਰ ਤੁਹਾਨੂੰ ਹੋਰ ਨਾਲ ਨਾਲ ਦਿਖਾਉਂਦੇ ਆਂਗੇ ਲਓ ਜੀ ਅਜੇ ਪਿਆ 150 ਕਿਲੋਮੀਟਰ ਸ੍ਰੀਨਗਰ 150 ਕਿਲੋਮੀਟਰ ਪਹਿਲਾਂ ਕੱਚੇ ਪਹਾੜਾਂ ਦੀ ਸੈਰ ਟਰੱਕਾਂ ਦੇ ਜਾਮ ਦੇ ਵਿੱਚ ਫਸਦੇ ਫਸਾਉਂਦੇ ਬੜੀ ਜਦੋ ਜਹਿਦ ਨਾਲ ਆਪਾਂ ਰਸਤਾ ਕਲੀਅਰ ਕਰਦੇ ਹੋਏ ਅੱਗੇ ਵਧ ਰਹੇ ਹਾਂ ਅੱਗੇ ਵਧਣ ਵਾਲੀ ਗੱਲ ਆਪਾਂ ਐਂ ਕਰਦੇ ਜਿਵੇਂ ਆਪਣੀ ਨਾ LOC ਦੇ ਕਾਰਗਿਲ ਦੀ ਲੜਾਈ ਲੱਗੀ ਹੁੰਦੀ ਹੈ
ਵਧੀਆ ਬਈ ਵਿਊ ਵਧੀਆ ਆ ਰਿਹਾ ਇੱਧਰ ਵੈਸੇ ਮੌਸਮ ਦਾ ਫਰਕ ਪੈ ਗਿਆ ਅੱਗੇ ਨਾਲੋਂ ਥੋੜ੍ਹਾ ਜਿਹਾ ਧੁੱਪ ਜੀ ਹੈਗੀ ਆ ਪਰ ਮੌਸਮ ਠੰਡਾ ਪਹਾੜ ਕੱਚਾ ਹੀ ਆ ਲਓ ਨਜ਼ਾਰੇ ਪਹਾੜਾਂ ਦੇ ਬਾਰਿਸ਼ 'ਚ ਕੰਮ ਬਹੁਤ ਖਰਾਬ ਹੁੰਦਾ ਇੱਥੇ ਕੱਚੇ ਪਹਾੜ ਨੇ ਸਾਰੇ ਡਿੱਗ ਜਾਂਦਾ ਸਿਸਟਮ ਰੋੜੇ ਪਾਣੀ ਜੱਟ ਦੀ ਜਾਨ ਮਨ ਜਿੱਥੇ ਕਹਿ ਦੀਏ ਖੜਦੀ ਆ ਰੋਡ ਹੌਲੀ ਹੌਲੀ ਚੌੜੀ ਹੋਣ ਦੇ ਸਾਰ ਨੇ ਹਰੇਕ ਥਾਂ ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ ਢੋਲੇ ਗਾਂਵ ਗਾਂਵ ਗੂੰਹ ਤਾਂ ਦਿਖਦਾ ਨੀਗਾ ਫਿਲਹਾਲ ਪੱਥਰ ਹੀ ਦਿਖ ਰਹੇ ਨੇ ਇੱਥੇ ਮੌਸਮ ਹੋ ਗਿਆ ਠੰਡਾ ਪੂਰਾ ਮੌਸਮ ਦਾ ਲੈ ਰਹੇ ਲੁਫਤ ਹੈਂਜੀ ਬਾਹਰ ਵੀ ਠੰਡਾ ਗੱਡੀ ਵੀ ਠੰਡਾ ਤੁਸੀਂ ਵਧੀਆ ਲੱਗਿਆ ਹੋਇਆ ਹਾਂਜੀ ਚੱਲ ਰਹੀ ਹੈ ਗੱਡੀ ਮਾਰੋ ਮਾਰ ਮਾਰੋ ਮਾਰ ਚੱਲ ਰਹੀ ਆ ਹਾਂਜੀ ਸੰਦੀਪ ਜੀ ਖਾਧਾ ਪੀਤਾ ਕੁਛ ਕਾ ਨਹੀਂ ਹਾਂ ਵੀ ਸਣੀ ਕਿਵੇਂ ਲੱਗ ਰਿਹਾ ਸਫ਼ਰ ਵਧੀਆ ਬਾਈ ਇੰਜੋਏ ਕਰ ਰਹੇ ਹਾਂ ਕੋਲਡ ਡਰਿੰਕ ਇੰਜੋਏ ਕਰਕੇ ਹੱਟੇ ਹਾਂ ਕੀ ਕਹਿੰਦਾ ਢੋਲੇ ਗਾਂਵ ਢੋਲੇ ਗਾਂਵ ਕੁਛ ਨੀ ਬਾਈ ਪੱਥਰ ਪੁੱਥਰ ਹੀ ਦਿਖੇ ਹਾਲੇ ਢੋਲੇ ਗਾਂਵ ਤਾਂ ਦਿਖਿਆ ਨੀ ਕਿਤੇ ਢੋਲੇ ਗਾਂਵ ਸਾਹਮਣੇ ਹੈਗਾ ਬਾਕੀ ਰਿਹਾ ਹੁਣ ਵਿਊ ਵਧੀਆ ਆ ਰਿਹਾ ਵਿਊ ਬੜਾ ਵਧੀਆ ਆ ਰਿਹਾ ਦੇਖ ਵਿਊ ਸਾਹਮਣੇ ਇੱਕ ਹੋਰ ਆ ਗਿਆ ਜਾਮ ਵਾਲਾ ਸਾਲਾ ਬਾਹਲਾ ਹੀ ਜਾਵਾਂਗਾ ਜਿਹੜਾ ਵੀ ਸਾਡੀ ਵੀਡੀਓ ਦੇਖ ਕੇ ਇੱਥੇ ਆਊਗਾ ਜਾਮ ਤੋਂ ਆਪਦਾ ਲਾਟ ਹੋ ਕੇ ਆਵੇ ਸਹੀ ਤਰੀਕੇ ਨਾਲ ਆਪਦਾ ਪ੍ਰਪੇਅਰ ਹੋ ਕੇ ਮਾਇੰਡ ਕਰਕੇ ਵੀ ਇੱਥੇ ਕਿਸੇ ਟਾਈਮ ਕੋਈ ਵੀ ਜਾਮ ਮਿਲ ਸਕਦਾ ਤੁਹਾਨੂੰ ਲੈਟਾ ਨਾ ਰੱਖੇ ਦੇਖੋ ਜੀ ਦੇਖੋ ਵਿਊ ਢੋਲੇ ਗਾਂਵ ਦਾ ਐਂਬੂਲੈਂਸ ਨੂੰ ਵੀ ਰਸਤਾ ਦੇਣਾ ਚਾਹੀਦਾ ਪਰ ਪਹਾੜਾਂ ਦੇ ਰਸਤੇ ਹੈ ਨੀ ਕਿੱਥੋਂ ਦੇਣਾ ਰਸਤਾ ਖਾਈ ਬੜੀ ਥੱਲੇ ਨਾਲ ਨਾਲ ਨਹਿਰ ਜਾ ਰਹੀ ਹੈ ਨਹਿਰ ਆ ਨਹੀਂ ਰਹੀ ਵੀਡੀਓ ਦੇ ਵਿੱਚ ਢੋਲੇ ਗਾਂਵ ਬਾਕੀ ਦਾ ਸੀਨ ਤੁਹਾਨੂੰ ਹੋਰ ਅੱਗੇ ਜਾ ਕੇ ਦਿਖਾ ਰਹੇ ਹਾਂ ਤੁਸੀਂ ਦੇਖੋ ਵੀਡੀਓ 'ਚ ਕਰੋ ਇੰਜੋਏ ਕੰਸਟਰਕਸ਼ਨ ਹੀ ਦਿਖ ਰਹੀ ਹੈ ਫਿਲਹਾਲ ਤਾਂ ਜਿੱਥੇ ਵੀ ਤੁਸੀਂ ਦੇਖਦੇ ਹੋਗੇ ਪੂਰੇ ਰਾਹ 'ਤੇ ਕੰਸਟਰਕਸ਼ਨ ਹੈ ਜੰਮੂ ਕਸ਼ਮੀਰ ਵਾਲੇ ਦੇ ਅਤੇ ਇੱਕ ਗੱਲ ਹੋਰ ਜਿਹੜੇ ਸਾਡੇ ਵਾਂਗੂ ਕੋਕ ਪੈਪਸੀ ਪੀਣ ਦੇ ਸ਼ੌਕੀਨ ਆ ਜਿਹੜੀ 2 ਲੀਟਰ ਵਾਲੀ ਬੋਤਲਾਂ ਦੀ ਪਹਿਲੀ ਲੈ ਉੱਥੇ ਸੋਟੀਆਂ ਮਿਲਦੀਆਂ ਵਾਰੀ ਵਾਰੀ ਨਹੀਂ ਤੁਹਾਨੂੰ ਰੁਕਣਾ ਪਊਗਾ ਠੰਡੀ ਬੋਤਲ ਲੈਣ ਵਾਸਤੇ 2 ਲੀਟਰ ਵਾਲੀਆਂ ਬੋਤਲ ਨੇ ਉੱਤੇ ਮਿਲਦੀਆਂ ਸੌਖੀਆਂ ਲੱਭਣੀਆਂ ਪੈਂਦੀਆਂ ਨੇਗੀਆਂ ਕਿਉਂ ਸਾਨੀ ਹਾਂਜੀ ਹਾਂ ਮਦਦ ਵਾਲੀ ਗੱਲ ਇਸ ਤੋਂ ਬਿਨਾਂ ਹੋਰ ਸੁਝਾਅ ਕੋਈ ਆਪਣੇ ਦੇਖਣ ਵਾਲੇ ਵਾਸਤੇ ਢੋਲੇ ਗਾਂਵ ਦਾ ਮੇਨ ਮਾਰਕੀਟ ਕਿੱਦਾਂ ਦੀ ਆ ਤੁਸੀਂ ਦੇਖੋ ਪਰ ਜਾਮ ਇੱਥੇ ਬਹੁਤ ਲੱਗਦਾ ਐਜ਼ ਆਲਵੇਜ਼ ਜਾਮ ਤੋਂ ਬਿਨਾਂ ਤਾਂ ਕਿਸੇ ਗੱਲ ਦਾ ਨਾਮ ਹੀ ਹੈ ਨਹੀਂ ਇੱਥੇ ਖਾਣ ਪੀਣ ਨੂੰ ਵੀ ਸਿਸਟਮ ਠੀਕ ਹੀ ਆ ਪਰ ਖਾਓ ਪੀਓਗੇ ਤਾਂ ਜੇ ਗੱਡੀ ਲੱਗਣ ਨੂੰ ਥਾਂ ਆਊ ਗੱਡੀ ਲੱਗਦੀ ਨਹੀਂ ਇੱਥੇ ਲੱਕੜ ਦੇ ਘਰ ਨੇ ਆਉਂਦੇ ਅੱਗੇ ਤੁਹਾਨੂੰ ਲੱਕੜ ਦੇ ਘਰ ਵੀ ਦਿਖਾ ਦਿੰਦੇ ਹਾਂ ਬਾਕੀ ਉਹਨਾਂ ਟਾਈਮ ਤੁਸੀਂ ਮਾਰਕੀਟ ਦੇਖੋ ਜਾਮ ਦੇਖੋ ਕਹਿੰਦੇ ਡਿਵੈਲਪਮੈਂਟ ਬੜੀ ਘੱਟ ਹੁੰਦੀ ਜੰਮੂ ਕਸ਼ਮੀਰ 'ਚ ਉੱਪਰੋਂ ਦੇਖੋ ਸਪਾਈਸ ਦਾ ਬੋਰਡ ਲੱਗਿਆ ਵੋਡਾਫੋਨ ਆਈ ਨੂੰ ਮੰਨ ਲਾ ਕਿੰਨੇ ਸਾਲ ਹੋ ਗਏ ਬਈ 8 ਸਾਲ ਹੋ ਗਏ 7 ਸਾਲ ਜ਼ਿਆਦਾ ਹੋ ਗਿਆ ਟਾਈਮ 15 ਸਪਾਈਸ ਤੋਂ ਬਾਅਦ ਆਈਡੀਆ ਆਇਆ ਸਪਾਈਸ ਤੋਂ ਬਾਅਦ ਆਈਡੀਆ ਆਇਆ ਆਈਡੀਆ ਤੋਂ ਬਾਅਦ ਹੁਣ ਵੋਡਾਫੋਨ ਇੰਡੀਆ ਦੇ ਵਿੱਚ ਕਨਵਰਟ ਹੋਇਆ 8-10 ਸਾਲ ਹੋ ਗਏ ਤਕਰੀਬਨ ਪਰ ਆ ਬੋਰਡ ਆ ਜਿਹੜਾ ਬੋਰਡ ਹਜੇ ਤੱਕ ਬਦਲਿਆ ਨਹੀਂ ਗਿਆ ਇਹ ਢੋਲੇ ਗਾਂਵ 'ਚ ਲੱਗਿਆ ਹੋਇਆ ਇੰਨੀ ਕੁ ਤਰੱਕੀ ਹੋਈ ਆ ਤੁਸੀਂ ਇੱਥੇ ਆਪ ਹਿਸਾਬ ਲਾ ਲਓ ਕਿੰਨਾ ਕੁ ਡਿਵੈਲਪਡ ਏਰੀਆ ਹੋਣਾ ਗਾ ਇਹ ਢੋਲੇ ਗਾਂਵ ਤੋਂ ਬਾਅਦ ਜਾਮ ਤੋਂ ਬਾਅਦ ਨਿਕਲ ਕੇ ਆਪਾਂ ਹੁਣ ਪਹੁੰਚੇ ਆ ਬਣਹਾਲ ਦੇ ਵਿੱਚ ਬਣਹਾਲ ਦੇ ਵਿੱਚ ਵੀ ਸੇਮ ਹੀ ਹਾਲ ਆ ਘਰ ਘਰ ਜੇ ਤੁਸੀਂ ਦੇਖੋ ਕਿਸ ਤਰੀਕੇ ਦੇ ਹੈਗੇ ਆ ਹੈਗਾ ਜੀ ਬਣਹਾਲ ਹੁਣ ਆਪਾਂ ਪਹੁੰਚ ਚੁੱਕੇ ਹਾਂ ਬਣਹਾਲ ਦੇ ਵਿੱਚ ਇੱਥੇ ਹੰਡਾਈ ਦੀ ਗੱਡੀ ਬਹੁਤ ਜ਼ਿਆਦਾ ਗੀ ਅਤੇ ਇੱਕ ਟਵੈਰਾ ਬੜੀ ਮਾਰਕੀਟ ਆ ਕਰੇਟਾ ਦੀ ਇੱਥੇ ਵੀ ਲੱਕੜ ਦੇ ਘਰ ਜੇ ਸ਼ੁਰੂ ਹੋ ਚੁੱਕੇ ਆ ਦੇਖੋ ਬਾਕੀ ਜਾਮ ਤਾਂ ਤੁਸੀਂ ਦੇਖ ਹੀ ਰਹੇ ਹੋ ਕਿਹੜਾ ਇਹ ਚਪਾਤੀਆਂ ਨੇਗੀਆਂ ਇਹ ਮੁਸਲਿਮ ਚਪਾਤੀਆਂ ਨੇ ਮੈਨੂੰ ਲੱਗਦਾ ਲੈਣਾ ਤਾਂ ਲੈ ਲਓ ਦੇਖ ਲਓ ਗੋਲੀਬਾਜ਼ੀ ਕਰਨੀ ਆ ਤਾਂ ਆਂਡਾਬਾਜ਼ੀ ਦੇਖੋ ਜੀ ਬਣਹਾਲ ਦਾ ਬਾਜ਼ਾਰ
वन हाल दे बाजार दे विच तुसी किस तरीके का फील करोगे तुसी वीडियो देख के अंदाजा ला सकते हो। असी तो रोकना नहीं अगे अगे जाते रहना। वो आ गया जी सामने वन हाल का रेलवे स्टेशन, ये थानू दिखता हो वीडियो दे विच। वन हाल के रेलवे स्टेशन तो बाद जी रोड जाती है श्रीनगर बन गई है वधिया बाईपास टाइप, जिमें अपना बठिंडे चंडीगढ़ का रोड बनया उस तरीके वधिया तरीके। ट्रेन आ देखो जी वन हाल के ट्रेन रेलवे स्टेशन हौली हौली जा रही बुलट ट्रेन वर्गी लगती है देखने को। टनल ते टनल टनल ते टनल बार बार बिलकुल जी बिलकुल पता लगे अपने देखने वाले भी कली कली चीज दिखाई है बंदे ने। क्यों वन हाल तो बिलकुल बाहर निकलने बाद ट्रेन रेलवे स्टेशन तो बाद इन्ना वधिया व्यू हाईवे पूरा चौड़ा वादियां दे विच इत्थे आके रोड ठीक हो जांदा इत्थे नहीं है कोई जाम एदो पिछे तो जाम ही जाम है। टोल प्लाजे तक की सही है। अच्छा टोल प्लाजे तक की सही है अगे टोल प्लाजे तक की ठीक है अगे फिर यही हाल है। अच्छा फिर यही हाल हो जाना है पहला भी आई हो गया टोल देखते हैं। लो जी आ गया टोल अजे तक तो पुलिस। लो जी टोल अपने भी नहीं लग्या